ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਔਰ ਸਾਬਕਾ MLA ਅਸ਼ਵਨੀ ਸ਼ਰਮਾ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਝੂਠਾ ਪਰਚਾ ਦਰਜ ਕਰਨਾ ਕਠੋਰ ਨਿੰਦਨੀ ਹੈ। ਆਪਣੀ ਸਰਕਾਰ ਜਿਸ ਮੁੱਖ ਮੰਤਰੀ ਕੋਲ ਚੱਲ ਨਹੀਂ ਰਹੀ, ਕਰੋਨਾ ਦੀ ਮਹਾਮਾਰੀ 'ਚ ਪੂਰਨਤਾ ਜਿਹੜੀ ਸਰਕਾਰ ਫੇਲ ਹੋਈ ਹੈ, ਆਪਣਾ ਅਕਸ ਸੁਧਾਰਿਆ ਨਹੀਂ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਜਿਹੜੇ ਉਹਨਾਂ ਨੇ ਕੌਫੀ ਵਿਦ ਕੈਪਟਨ 'ਚ ਕੀਤੇ ਸੀ ਉਹ ਤਾਂ ਪੂਰੇ ਨਹੀਂ ਹੋ ਰਹੇ। ਸਰਕਾਰ ਦੀ ਡਿੱਗਦੀ ਹੋਈ ਲੋਕਪ੍ਰਿਯਤਾ ਔਰ ਭਾਰਤੀ ਜਨਤਾ ਪਾਰਟੀ ਦੀ ਵੱਧਦੀ ਹੋਈ ਲੋਕਪ੍ਰਿਯਤਾ ਤੋਂ ਡਰ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ 'ਤੇ ਝੂਠਾ ਪਰਚਾ ਦਰਜ ਕੀਤਾ। ਭਾਰਤੀ ਜਨਤਾ ਪਾਰਟੀ ਇਹਦੀ ਕਠੋਰ ਸ਼ਬਦਾਂ 'ਚ ਨਿੰਦਾ ਕਰਦੀ ਹੈ। ਕੈਪਟਨ ਸਾਹਿਬ ਆਪਣੀ ਪੁਲਿਸ ਨੂੰ ਕਹੋ ਜਿੰਨੇ ਮਰਜ਼ੀ ਪਰਚੇ ਰਜਿਸਟਰਡ ਕਰ ਲਏ, ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਨ ਹਿੱਤ ਦੇ ਕਾਰਿਆਂ 'ਚ ਔਰ ਸਰਕਾਰ ਦੀਆਂ ਜਿਹੜੀਆਂ ਫੇਲੀਅਰਸ ਨੇ ਉਹ ਜਨਤਾ 'ਚ ਲਿਜਾਣ ਤੋਂ ਪਿੱਛੇ ਨਹੀਂ ਹਟੇਗੀ। ਔਰ ਜਿਸ ਤਰ੍ਹਾਂ ਸਰਕਾਰ ਪੂਰਨਤਾ ਫੇਲ ਹੋਈ, 8-8 ਮਹੀਨੇ ਦਾ ਰਾਸ਼ਨ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ 1,41,00,000 ਲੋਕਾਂ 'ਤੇ ਭੇਜਿਆ, ਸਰਕਾਰ ਉਹਨੂੰ ਵੰਡਣ 'ਚ ਅਸਫਲ ਰਹੀ। ਹਜੇ ਤੱਕ ਵੀ ਪੰਜਾਬ ਦੇ ਲੋਕਾਂ ਨੂੰ 8 ਮਹੀਨਿਆਂ ਦਾ ਰਾਸ਼ਨ ਨਹੀਂ ਮਿਲ ਪਾਇਆ। ਪੰਜਾਬ ਦੀ ਸਰਕਾਰ ਕੇਂਦਰ ਪੈਸੇ ਭੇਜ ਰਿਹਾ, ਕੱਫਿਆਂ ਦੇ ਕੱਫੇ ਲੜਾਈ ਅਸੀਂ ਭੇਜ ਰਿਹਾ ਕਿ ਕਿਸੇ ਤਰੀਕੇ ਨਾਲ ਕਰੋਨਾ ਦੀ ਲੜਾਈ ਜਿੱਤੀ ਜਾਏ। ਲੇਕਿਨ ਮਿਸ਼ਨ ਫਤਿਹ ਚਲਾਉਣ ਵਾਲੇ ਆਪ 7-star ਫਾਰਮ ਹਾਊਸਾਂ 'ਚੋਂ ਨਹੀਂ ਨਿਕਲ ਰਹੇ। ਔਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਇੱਕ ਛੋਟੇ ਤੋਂ ਛੋਟਾ ਕਾਰਜਕਰਤਾ ਤੋਂ ਲੈ ਕੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੱਕ ਸਭ ਸੜਕਾਂ 'ਤੇ ਉਤਰ ਕੇ ਲੋਕਾਂ ਦੀ ਸੇਵਾ ਕਰ ਰਹੇ, ਲੋਕਾਂ ਦੀ ਦੀਨ ਦੁਖੀਆਂ ਦੀ ਸਮੱਸਿਆਵਾਂ ਨੂੰ ਸੁਣ ਰਹੇ ਨੇ, ਜਿਹੜਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਔਰ ਇੱਕ ਝੂਠਾ ਪਰਚਾ ਉਹਨਾਂ 'ਤੇ ਰਜਿਸਟਰਡ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਇਹਦਾ ਖੰਡਨ ਵੀ ਕਰਦੀ ਹੈ ਔਰ ਇਸ ਪਰਚੇ ਦੇ ਖਿਲਾਫ਼ ਅਸੀਂ ਅੰਦੋਲਨ ਵੀ ਚਲਾਵਾਂਗੇ। ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਨੂੰ ਇਹਨਾਂ ਪਰਚਿਆਂ ਨਾਲ, ਪੁਲਿਸ ਦੀਆਂ ਧਮਕੀਆਂ ਦੇ ਨਾਲ ਰੋਕ ਨਹੀਂ ਸਕਦੇ। ਕੈਪਟਨ ਸਾਹਿਬ, ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਔਰ ਪੰਜਾਬ ਦੀ ਜਨਤਾ ਤੁਹਾਨੂੰ ਸੱਤਾ ਤੋਂ ਲਾਉਣਾ ਚਾਹੁੰਦੀ ਹੈ ਔਰ ਇਹ ਪਰਚੇ ਉਹਦੇ ਵਿੱਚ ਸਾਡੇ ਵਾਸਤੇ ਇੱਕ ਮਾਈਲ ਸਟੋਨ ਸਾਬਤ ਹੋਵੇਗਾ।